ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਕਿਰਪਾ ਕਰੋ ਦੀਨ ਕੇ ਦਾਤੇ ਮੇਰਾ ਗੁਣ ਅਵਗੁਣ ਨਾ ਵਿਚਾਰੋ ਕੋਈ ਮਾਟੀ ਕਾ ਕਿਆ ਧੋਪੈ ਸਵਾਮੀ ਮਾਨਸ ਕੀ ਗਤ ਇਹੀ ਵਿਸਰ ਨਾਹੀ ਦਾ ਤਾਰ ਆਪਣਾ ਨਾਮ ਦੇਹੋ ਗੁਣ ਗਾਵਾਂ ਦਿਨ ਰਾਤ ਨਾਨਕ ਚਾਓ ਇਹੋ ਸਾਮਤ ਦੇਹੋ ਦਿਆਲ ਪ੍ਰਭ ਜਿਤ ਤੁਮਹੇ ਅਰਾਦਾ ਨਾਨਕ ਮੰਗੈ ਦਾਨ ਪ੍ਰਭ ਰੇਨ ਪੱਗ ਸਾਦਾ ਅੰਤਰਜਾਮੀ ਪੁਰਖ ਵਿਧਾਤੇ ਸਰਦਾ ਮਨ ਕੀ ਪੂਰੇ ਨਾਨਕ ਦਾਸ ਹੈ ਸੁਖ ਮੰਗੈ ਮੋਕੋ ਕਰ ਸੰਤਨ ਕੀ ਧੂਰੇ ਅੰਤਰਜਾਮੀ ਪੁਰਖ ਵਿਧਾਤੇ ਸਰਦਾ ਮਨ ਕੀ ਪੂਰੇ ਨਾਨਕ ਦਾਸ ਇਹੋ ਸੁਖ ਮੰਗੈ ਕੋ ਕਰ ਸੰਤਨ ਕੀ ਧੂਰੇ ਪਦ ਪਾਵਨ ਭਗਤ ਵਛਲ ਕਿਰਪਾ ਨਿਧਾਨ ਦਸਾਂ ਪਾਤਸ਼ਾਹੀਆਂ ਦੀ ਜੋਤ ਤਖਤ ਚਵਰ ਛਤਰ ਦੇ ਮਾਲਕ ਗੁਰਤਾ ਗੱਦੀ 'ਤੇ ਬਿਰਾਜਮਾਨ ਪੋਥੀ ਪਰਮੇਸ਼ਰ ਕਾ ਥਾਨ ਬਾਣੀ ਗੁਰੂ ਗੁਰੂ ਹੈ ਬਾਣੀ ਐਸੇ ਸਤਿਗੁਰੂ ਗਰੀਬ ਨਿਵਾਜ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਤਿਨ੍ਹਾਂ ਦੀ ਪਵਿੱਤਰ ਹਾਜ਼ਰੀ ਅੰਦਰ ਆਪ ਸਰਬੱਤ ਸੰਗਤ ਬੜੇ ਪ੍ਰੇਮ ਦੇ ਨਾਲ ਗੁਰੂ ਘਰ ਦੇ ਮਹਾਨ ਮਹਾਂਪੁਰਸ਼ ਨਿਰਮਲ ਆਤਮਾ ਬ੍ਰਹਮ ਨਿਸ਼ਠੀ ਬ੍ਰਹਮ ਸਰੋਤਰੀ ਸ਼੍ਰੀਮਾਨ ਸੰਤ ਅਤਰ ਸਿੰਘ ਜੀ ਮਹਾਰਾਜ ਮਸਤੂ ਆਉਣੇ ਵਾਲੇ ਮਹਾਂਪੁਰਸ਼ ਤਿਨ੍ਹਾਂ ਦੀ ਪਵਿੱਤਰ ਯਾਦ ਅੰਦਰ ਬੜੇ ਪ੍ਰੇਮ ਦੇ ਨਾਲ
ਜੁੜ ਕੇ ਬੈਠੇ ਹੋ, ਆਓ ਸਤਿਗੁਰਾਂ ਦੀ ਹਜ਼ੂਰੀ ਅੰਦਰ ਐਸੇ ਮਹਾਂਪੁਰਸ਼ਾਂ ਦੀ ਗੁਰਬਾਣੀ ਅੰਦਰ ਜੋ ਉਸਤਤ ਕੀਤੀ ਹੈ ਉਹ ਕਰਨ ਦਾ ਯਤਨ ਕਰੀਏ। ਇੱਕ ਵਾਰੀ ਸਾਰੀਆਂ ਸੰਗਤਾਂ ਰਸਨਾ ਕਰੋ, ਪਵਿੱਤਰ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ਹੀਦਾਂ ਦੇ ਸਰਤਾਜ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ, ਜਿਨ੍ਹਾਂ ਉੱਤੇ ਵਾਹਿਗੁਰੂ ਪਰਮੇਸ਼ਰ ਦੀ ਕਿੱਡੀ ਵੱਡੀ ਕਿਰਪਾ ਸੀ। ਮੈਂ ਸੋਚਦਾ ਪਿਆ ਸੀ ਕਿ ਸਤਿਗੁਰੂ ਜੀ ਆਪਣੀ ਬਾਣੀ ਅੰਦਰ ਬੜੇ ਗੁੱਝੇ ਭੇਦ ਖੋਲ੍ਹਦੇ ਨੇ, ਜਿਹੜੀਆਂ ਖੋਜਾਂ ਅਵਿਸ਼ਕਾਰ ਸਾਇੰਸ ਦੇ ਅੰਦਰ ਅੱਜ ਕੱਲ੍ਹ ਹੋ ਰਹੇ ਨੇ ਉਹ ਅੱਜ ਤੋਂ ਕਈ ਸੌ ਸਾਲ ਪਹਿਲਾਂ ਸਤਿਗੁਰੂ ਜੀ ਚੌਂਕੜੇ 'ਚ ਬਹਿ ਕੇ ਆਪਣੀ ਸੁਰਤ ਦੇ ਵਿੱਚ ਉਹਦੀ ਖੋਜ ਕਰਕੇ ਅਤੇ ਗੁਰਬਾਣੀ ਅੰਦਰ ਲਿਖ ਦਿੰਦੇ ਨੇ। ਮਿਸਾਲ ਦੇ ਤੌਰ 'ਤੇ ਤੁਸੀਂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਜੈਤ ਸਰੀ ਦੀ ਵਾਰ ਪੜ੍ਹੋ। ਸਤਿਗੁਰੂ ਜੀ ਇਸ ਜੀਵ ਦੀ ਦਸ਼ਾ ਦੱਸਣਗੇ ਕਿ ਬੱਚਾ ਜਿਹੜਾ ਹੈ ਉਹ ਮਾਤਾ ਦੇ ਗਰਭ ਦੇ ਵਿੱਚ ਪੁੱਠਾ ਲੜਕਦਾ ਪਿਆ ਹੈ ਅਤੇ ਡਾਕਟਰ ਵੀ ਜੇ ਕਿਸੇ ਕਾਰਨ ਕਰਕੇ ਉਹਦਾ ਸਥਾਨ ਹਿੱਲ ਜੇ ਤਾਂ ਉਹਨੂੰ ਬੜੀ ਸਮਝਦਾਰੀ ਨਾਲ ਫੇਰ ਪੁੱਠਾ ਕਰਕੇ ਹੀ ਜਨਮ ਦਿਵਾਉਂਦੇ ਨੇ। ਹੁਣ ਅੱਜ ਕੱਲ੍ਹ ਤਾਂ ਸਿਟੀ ਸਕੈਨ ਚੱਲ ਪਈ ਹੈ, ਐਕਸਰੇ ਹੋ ਰਹੇ ਨੇ। ਸ੍ਰੀ ਗੁਰੂ ਅਰਜਨ ਦੇਵ ਸਾਹਿਬ ਵੇਲੇ ਕਿਹੜੀ ਸਕੈਨਿੰਗ ਹੁੰਦੀ ਸੀ ਢਿੱਡ ਦੀ? ਸ੍ਰੀ ਗੁਰੂ ਅਰਜਨ ਦੇਵ ਸਾਹਿਬ ਵੇਲਾ ਕਿਹੜੇ ਐਕਸਰੇ ਹੁੰਦੇ ਸੀ? ਪਰ ਕਮਾਲ ਦੀ ਗੱਲ ਆ, ਉਹ ਪਤਾ ਕੀ ਲਿਖਦੇ ਨੇ ਆਪਣੀ ਬਾਣੀ ਅੰਦਰ, ਮੁੱਖ ਤਲੇ ਪੈਰ ਉੱਪਰੇ ਵਸੰਦੋ ਕੋਹ ਥੜੇ ਥਾਏ, ਵਸੰਦੜੋ ਕੋਹ ਥੜੇ ਥਾਏ, ਨਾਨਕ ਸੋ ਧਣੀ ਕਿਉਂ ਵਿਸਾਰਿਓ, ਉਧਰੈ ਜਿਸ ਦੇ ਨਾਏ। ਪੈਰ ਤਲੇ ਮੁੱਖ, ਹੁਣ ਇਸ ਦੀ ਜੇ ਆਪਾਂ ਵਿਆਖਿਆ ਕਰੀਏ ਤਾਂ ਮੈਂ ਹੈਰਾਨ ਹੁੰਦਾ ਕਿ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਤੁਹਾਨੂੰ ਕਿੱਦਾਂ ਪਤਾ ਸੀ। ਸ੍ਰੀ ਗੁਰੂ ਨਾਨਕ ਦੇਵ ਸਾਹਿਬ ਦੀ ਵੀ ਜੇ ਬਾਣੀ ਪੜ੍ਹਦੇ ਹਾਂ ਤਾਂ ਉੱਥੇ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਦਾ ਪਵਿੱਤਰ ਬਚਨ ਆਵੇਗਾ, ਪਾਤਾਲਾਂ ਪਾਤਾਲ ਲੱਖ, ਆਗਾਸਾਂ ਆਗਾਸ, ਓੜ ਕੋੜ ਕਪਾਲ ਥੱਕੇ ਵੇਦ ਕਹਿਣ ਕਵਾਤ। ਹੁਣ ਇਸ ਗੱਲ ਨੂੰ ਅੱਜ ਦੀ ਦੁਨੀਆ ਸਿੱਧ ਕਰਦੀ ਹੈ ਕਿ ਇੱਕ ਗਲੈਕਸੀ ਵਿੱਚ ਕਰੋੜਾਂ ਹੀ ਤਾਰੇ ਆ, ਇੱਕ ਗਲੈਕਸੀ 'ਚ, ਅਤੇ ਇਸ ਬ੍ਰਹਿਮੰਡ ਦੇ ਵਿੱਚ ਇਹੋ ਜਿਹੀਆਂ ਪਤਾ ਨਹੀਂ ਕਿੰਨੀਆਂ ਕੁ ਗਲੈਕਸੀਆਂ ਨੇ।
ਅਤੇ ਇੱਕ ਬ੍ਰਹਿਮੰਡ ਦੇ ਨਾਲ ਦੂਸਰਾ ਬ੍ਰਹਿਮੰਡ ਜੁੜਿਆ ਅਤੇ ਪਤਾ ਨਹੀਂ ਇਹੋ ਜਿਹੇ ਕਿੰਨੇ ਕੀ ਕਰੋੜਾਂ ਹੀ ਬ੍ਰਹਿਮੰਡ ਨੇ। ਹੈਰਾਨ ਹੋਈਦਾ ਕਈ ਵਾਰੀ ਬਾਣੀ ਦੀ ਵਿਚਾਰ ਪੜ੍ਹ ਕੇ ਕਿ ਬਾਬਾ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਤੇਰੇ ਤੋਂ ਕਿਹੜੀ ਲੈਬ ਸੀ ਜਿੱਥੇ ਬਹਿ ਕੇ ਤੂੰ ਏਡੀ ਵੱਡੀ ਗੱਲ ਕਰ ਦਿੰਦਾ। ਮੈਂ ਸਿੱਟੇ 'ਤੇ ਪਹੁੰਚਣ ਦਾ ਯਤਨ ਕੀਤਾ ਹੈ ਕਿ ਜਿਹੜੀ ਸੁਰਤ ਦੀ ਸਪੀਡ ਆ ਨਾ, ਜਿਹੜੀ ਸੁਰਤ ਦੀ ਤਾਕਤ ਆ, ਉਹ 500 ਸਾਲ ਪਹਿਲਾਂ ਉਹ ਗੱਲਾਂ ਦੱਸਦੀ ਪਈ ਹੈ ਜਿਹੜੀ ਅੱਜ ਲੋਕ ਕਰਦੇ ਪਏ। ਇੱਥੋਂ ਪਤਾ ਲੱਗਦਾ ਕਿ ਸੁਰਤ ਦਾ ਮਾਰਗ ਬਹੁਤ ਉੱਚਾ। ਠੀਕ ਹੈ, ਲੋਕਾਂ ਨੂੰ ਇਹਦੀ ਮਹੱਤਤਾ ਨਹੀਂ ਹੋਵੇਗੀ, ਪਰ ਜਿਨ੍ਹਾਂ ਨੂੰ ਮਹੱਤਤਾ, ਉਹ ਰੋਜ਼ ਸ਼ਾਮ ਨੂੰ ਆਣ ਕੇ 7 ਤੋਂ 8 ਵਾਹਿਗੁਰੂ ਦਾ ਸਿਮਰਨ, ਸੁਰਤ ਸ਼ਬਦ ਦਾ ਅਭਿਆਸ ਕਰਦੇ, ਰੋਜ਼ ਸਿਮਰਨ ਵਿੱਚ ਜੁੜਦੇ। ਐਸੇ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਨੂੰ ਪੁੱਛਿਆ ਗਿਆ ਕਿ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ, ਕਿਰਪਾ ਕਰਕੇ ਦੱਸੋ ਵੀ ਸੰਤ ਦੀ ਨਿਸ਼ਾਨੀ ਕੀ ਹੈ। ਹੁਣ ਦੇਖੋ, ਦੋ ਤਰ੍ਹਾਂ ਦੀ ਅਵਸਥਾ ਹੁੰਦੀ ਹੈ, ਇੱਕ ਹੁੰਦੀ ਸਵੈ ਸੰਵੇਦ, ਇੱਕ ਹੁੰਦੀ ਹੈ ਪਰ ਸੰਵੇਦ। ਸਵੈ ਸੰਵੇਦ ਮੈਨੇ ਜਿਹਨੂੰ ਤੁਸੀਂ ਆਪ ਹੀ ਜਾਣਦੇ ਹੋ, ਸਵੈ ਆਪਣਾ ਆਪ। ਸੰਵੇਦ ਭਲੀ ਪ੍ਰਕਾਰ ਸਮ ਵੇਦ ਮੈਨੇ ਜਾਣਨਾ, ਜਿਵੇਂ ਤੁਹਾਡੇ ਮਨ ਵਿੱਚ ਕੀ ਚੱਲਦਾ ਇਹ ਤੁਸੀਂ ਜਾਣਦੇ ਹੋ। ਪਰ ਸੰਵੇਦ, ਪਰਾਇਆ ਬੰਦਾ ਸੰਵੇਦ ਭਲੀ ਪ੍ਰਕਾਰ ਇਸ ਚੀਜ਼ ਨੂੰ ਨਹੀਂ ਜਾਣ ਸਕਦਾ, ਉਹ ਬਾਹਰਲੀ ਰਹਿਤ 'ਤੇ ਮੇਰੀ ਦੇਖ ਸਕਦਾ, ਮੇਰੇ ਕੱਪੜੇ ਦੇਖ ਸਕਦਾ, ਮੇਰੇ ਵਿਚਾਰ ਸੁਣ ਸਕਦਾ, ਤੋਲ ਸਕਦਾ, ਮੇਰੀ ਰਹਿਣੀ ਦੇਖ ਸਕਦਾ, ਮੇਰੀ ਕਹਿਣੀ ਦੇਖ ਸਕਦਾ, ਤਰੱਕੀ ਦੇਖ ਸਕਦਾ, ਪੈਸਾ ਦੇਖ ਸਕਦਾ, ਪਰ ਮੇਰੇ ਮਨ ਵਿੱਚ ਜੋ ਚੱਲਦਾ ਹੈ ਉਹ ਨਹੀਂ ਦੇਖ ਸਕਦਾ। ਤਾਂ ਜਿਹੜੀ ਸਾਡੀ ਅਵਸਥਾ ਵਾ ਇਹ ਕੀ ਹੁੰਦੀ ਹੈ? ਸਵੈ ਸੰਵੇਦ। ਗੁਰਬਾਣੀ ਕਹਿੰਦੀ ਜੇ ਤੇ ਸੱਜਣਾ ਕਥਾ ਵਾਚਕਾ ਇਹਦੀ ਵਿਆਖਿਆ ਕਰਦੀ ਹਾਂ ਤੇ ਨਹੀਂ ਕਰ ਸਕਦਾ। ਇਹਨੂੰ ਗੁਰਬਾਣੀ ਕਹਿੰਦੀ ਹੈ ਨਾਨਕ ਕਥਨਾ ਕਰੜਾ ਸਾਰ, ਲੋਹਾ ਚੱਬਣ ਦੇ ਬਰਾਬਰ ਆ, ਚੱਬ ਸਕਦਾ। ਜਾਂ ਇਹਨੂੰ ਗੁਰਬਾਣੀ ਬੜੇ ਸੋਹਣੇ ਤਰੀਕੇ ਨਾਲ ਕਹਿੰਦੀ ਆ, ਗੂੰਗੇ ਗੁੜ ਖਾਇਆ ਪੂਛੇ ਤੇ ਕਿਆ ਕਹੀ ਹੈ। ਇਸ ਨੂੰ ਗੁਰਬਾਣੀ ਇੱਕ ਹੋਰ ਤਰੀਕੇ ਨਾਲ ਵੀ ਕਹਿੰਦੀ ਹੈ ਕਿ ਜਿਵੇਂ ਵਿਆਹੀ ਹੋਈ ਇਸਤਰੀ ਵਾਪਸ ਘਰੇ ਆਈ, ਨਾਲ ਦੀਆਂ ਸਹੇਲੀਆਂ ਨੇ ਪੁੱਛਿਆ ਤੇਰਾ ਸਹੁਰੇ ਦਾ ਸੁਭਾਅ ਕਿੱਦਾਂ ਦਾ ਹੈ, ਦੱਸਤਾ ਇੱਦਾਂ ਦਾ ਹੈ। ਪੁੱਛਿਆ ਸੱਸ ਦਾ ਸੁਭਾਅ ਕਿੱਦਾਂ ਦਾ ਹੈ, ਇੱਦਾਂ ਦਾ ਹੈ। ਦਰਾਣੀ ਜਠਾਣੀ ਨਨਾਣ ਸਭ ਦੱਸਤੇ, ਅਤੇ ਜਦੋਂ ਪੁੱਛਿਆ ਵੀ ਪਤੀ ਦੇ ਮਲਾਪ ਦਾ ਆਨੰਦ ਕਿੱਦਾਂ ਦਾ ਹੈ, ਸ਼ਰਮਾ ਗਈ, ਮੂੰਹ ਲਾਲ ਹੋਇਆ। ਇਹਨੂੰ ਗੁਰੂ ਗ੍ਰੰਥ ਸਾਹਿਬ 'ਚ ਲਿਖਿਆ ਵਾ, ਕੋਈ ਕੋਲੋਂ ਨਹੀਂ ਮੈਂ ਘੜ ਕੇ ਕਹਿੰਦਾ।
ਇਸੇ ਤਰ੍ਹਾਂ ਜਦੋਂ ਕਿਸੇ ਸੰਤ ਨੂੰ ਪੁੱਛਿਆ, ਸੰਤ ਜੀ ਵਿਵੇਕ ਕਿਹਨੂੰ ਕਹਿੰਦੇ ਆ, ਦੱਸ ਦਿੱਤਾ ਵਿਵੇਕ ਇਹਨੂੰ ਕਹਿੰਦੇ। ਸੰਤ ਜੀ ਵਿਰਾਗ ਕਿਹਨੂੰ ਕਹਿੰਦੇ ਆ, ਗੁਰਬਾਣੀ ਨੇ ਦੱਸ ਦਿੱਤਾ, ਉਡੀਣੀ 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 ਕਬ ਘਰ ਆਵੇ ਰੀ, ਮਨ ਬੈਰਾਗ ਭਇਆ ਦਰਸ਼ਨ ਦੇਖਣੇ ਕਾ। ਜਦੋਂ ਪੁੱਛਿਆ ਸੰਤ ਜੀ ਸਮਦਮ ਕਿਹਨੂੰ ਕਹਿੰਦੇ ਆ, ਉਹ ਵੀ ਦੱਸ ਦਿੱਤਾ, ਦਸ ਇੰਦਰੀ ਕਰ ਰਾਖੇ ਵਾਸ ਤਾਂ ਕਿ ਆਤਮੈ ਹੋਏ ਪ੍ਰਗਾਸ। ਜਦੋਂ ਪੁੱਛਿਆ ਸੰਤ ਜੀ ਸ਼੍ਰਵਣ ਮੰਨਣ ਨਿਧਿਆਸਣ ਕਿਹਨੂੰ ਕਹਿੰਦੇ ਨੇ, ਪੜ੍ਹ ਦਿੱਤਾ ਸੁਣਿਆ ਸਿੱਧ ਪੀਰ ਸੁਰਨਾਥ। ਮੰਨਣ ਪੜ੍ਹ ਦਿੱਤਾ, ਮੰਨੇ ਕੀ ਗੱਤ ਕਹੀ ਨਾ ਜਾਏ। ਨਿਧਿਆਸਨ ਪੜ੍ਹ ਦਿੱਤਾ, ਪੰਚ ਪ੍ਰਵਾਨ ਪੰਚ ਪ੍ਰਧਾਨ ਪੰਚੇ ਪਾਵੈ ਦਰਗਹਿਵਾਨ। ਅਖੀਰ ਜਦੋਂ ਪੁੱਛਿਆ ਸੰਤ ਜੀ ਸ਼ਰਧਾ ਕਿਹਨੂੰ ਕਹਿੰਦੇ ਹਨ, ਉਹ ਵੀ ਦੱਸ ਦਿੱਤਾ। ਤਤਿਕਸ਼ਾ ਕਿਹਨੂੰ ਕਹਿੰਦੇ ਨੇ, ਸੁੱਖ ਦੁੱਖ ਨੂੰ ਸਹਾਰਨਾ, ਉਹ ਵੀ ਦੱਸ ਦਿੱਤਾ। ਸਮਾਧਾਨ ਕਿਹਨੂੰ ਕਹਿੰਦੇ ਨੇ, ਜਦੋਂ ਚਿੱਤ ਅਤੇ ਵਿਕਾਰ ਦਾ ਅਸਰ ਨਾ ਹੋਵੇ, ਉਹ ਵੀ ਦੱਸ ਦਿੱਤਾ। ਸਮਾਧੀ ਕਿਹਨੂੰ ਕਹਿੰਦੇ ਨੇ, ਗਾਵਨ ਤੁਦਨੋਂ ਸਿੱਧ ਸਮਾਧੀ ਅੰਦਰ, ਉਹ ਵੀ ਦੱਸ ਦਿੱਤਾ। ਪਰ ਜਦੋਂ ਪੁੱਛਿਆ ਉਸ ਰੱਬ ਦਾ ਸਵਾਦ ਕੀ ਹੈ, ਬਸ ਚੁੱਪ। ਫਿਰ ਪੁੱਛਿਆ ਰੱਬ ਦਾ ਸਵਾਦ ਕੀ ਹੈ, ਬਸ ਚੁੱਪ। ਤਾਂ ਇਹਨੂੰ ਬਾਣੀ ਕਹਿੰਦੀ ਆ, ਨਾਨਕ ਕਥਨਾ ਕਰੜਾ ਸਾ, ਗੂੰਗੇ ਗੁੜ ਖਾਇਆ ਪੂਛੇ ਤੇ ਕਿਆ ਕਹੀ। ਦੂਸਰੀ ਹੁੰਦੀ ਪਰ ਸੰਵੇਦ। ਪਰ ਸੰਵੇਦ ਮੈਨੇ ਜਿਹੜੀ ਬਾਹਰੋਂ ਦਿਖਦੀ, ਤਾਂ ਜਿਹੜਾ ਅਸਲੀ ਸਵਾਦ ਆਉਂਦਾ ਹੋਊਗਾ ਉਹ ਤਾਂ ਉਹ ਜਾਣਣ ਜੀ ਜਿਨ੍ਹਾਂ ਨੂੰ ਆਉਂਦਾ। ਪਰ ਬਾਹਰੋਂ ਉਹਨਾਂ ਦੀ ਅਵਸਥਾ ਕਿੱਦਾਂ ਦੀ ਆ, ਸ੍ਰੀ ਗੁਰੂ ਅਰਜਨ ਦੇਵ ਸਾਹਿਬ ਕਹਿੰਦੇ ਮੈਂ ਤੈਨੂੰ ਦੱਸਦਾ। ਉਸ ਅਵਸਥਾ ਦੀ ਵਿਆਖਿਆ ਦੇ ਵਿੱਚ ਮੈਂ ਇੱਕ ਕਵਿਤਾ ਪੜ੍ਹਾਂ, ਡਾਕਟਰ ਭਾਈ ਵੀਰ ਸਿੰਘ ਜੀ ਨੇ ਲਿਖੀ। ਉਹ ਲਿਖਦੇ ਨੇ, ਜਿਨ੍ਹਾਂ ਉਚਾਈਆਂ ਉੱਤੋਂ ਬੁੱਧੀ ਖੰਭ ਸਾੜ ਢੱਠੀ, ਜਿੱਥੇ ਜਾ ਕੇ ਤੇਰੀ ਬੁੱਧੀ ਤੇਰੀ ਵਿਚਾਰ ਸ਼ਕਤੀ। ਬੁੱਧੀ ਤੋਂ ਅੱਗੇ ਤਾਂ ਆਤਮਾ ਹੀ ਹੈ, ਇਸ ਤੋਂ ਅੱਗੇ ਤਾਂ ਕਹਾਣੀ ਖਤਮ। ਜਿੱਥੇ ਜਾ ਕੇ ਤੇਰੀ ਸੋਚ ਸ਼ਕਤੀ ਵੀ ਥੱਲੇ ਰਹਿ ਜਾਂਦੀ। ਮੈਂ ਤੈਨੂੰ ਉੱਥੋਂ ਦੀ ਗੱਲ ਕਰਨ ਲੱਗਾ, ਇਸ ਕਰਕੇ ਇਹਨੂੰ ਐਵੇਂ ਦੁਨਿਆਵੀ ਗ੍ਰੰਥਾਂ 'ਚ ਨਾ ਲੱਭਦਾ ਰਹੀਂ ਅਤੇ ਐਵੇਂ ਦਲੀਲਾਂ 'ਚ ਨਾ ਫਸਿਆ ਰਹੀਂ। ਜਿੰਨਾ ਉਚਾਈਆਂ ਉੱਤੋਂ ਬੁੱਧੀ ਖੰਭ ਸਾੜ ਢੱਠੀ, ਮੱਲੋ ਮੱਲੀ ਦਿਲ ਉੱਥੇ ਮਾਰਦਾ ਉਡਾਰੀਆਂ। ਇਹਦੀ ਵਿਆਖਿਆ ਭਾਈ ਗੁਰਦਾਸ ਜੀ ਨੇ ਵੀ ਕੀਤੀ ਹੈ, ਦਰਸ਼ਨ ਦੇਖਤ ਹੀ ਸੁੱਧ ਕੀ ਨਾ ਸੁੱਧ ਰਹੇ, ਬੁੱਧ ਕੀ ਨਾ ਮਤ ਮੈਂ ਨਾ ਮਤ ਹੈ, ਗਿਆਨ ਮੈਂ ਨਾ ਗਿਆਨ ਰਹੇ, ਧਿਆਨ ਮੈਂ ਨਾ ਧਿਆਨ ਰਹੇ। ਇਹਦੀ ਵਿਆਖਿਆ ਭਾਈ ਗੁਰਦਾਸ ਕਰਦੇ, ਜਿੰਨਾ ਉਚਾਈਆਂ ਉੱਤੋਂ ਬੁੱਧੀ ਖੰਭ ਸਾੜ ਢੱਠੀ। ਆ ਸਾਡਾ ਤਾਂ ਸਿਮਰਨ ਵੀ ਕਾਹਦਾ ਸਿਮਰਨ, ਸਾਡਾ ਤਾਂ ਨਿਤਨੇਮ ਵੀ ਕਾਹਦਾ ਨਿਤਨੇਮ। ਅਸੀਂ ਤਾਂ ਸੋਚੀ ਜਾਂਦੇ ਹਾਂ, ਬਸ ਪਾਠ ਕਰਦਿਆਂ ਵੀ ਸੋਚੀ ਜਾਂਦੇ, ਸਿਮਰਨ ਕਰਦਿਆਂ ਵੀ ਸੋਚੀ ਜਾਂਦੇ। ਜਿੱਥੇ ਸੋਚ ਸ਼ਕਤੀ ਖਤਮ ਹੁੰਦੀ ਹੈ, ਇਹ ਸੋਚ ਤੋਂ ਵੀ ਉੱਪਰ ਦੀ ਗੱਲ ਹੈ।
ਮੱਲੋ ਮੱਲੀ ਦੇ ਲਓ ਉੱਥੇ ਮਾਰਦਾ ਉਡਾਰੀਆਂ, ਪਿਆਲੇ ਅਣ ਡਿੱਠੇ ਨਾਲ ਬੁੱਲ ਲੱਗ ਜਾਣ ਉੱਥੇ, ਅਣ ਡਿੱਠਾ ਪਿਆਲਾ ਰਸ ਤੇ ਸਰੂਰ ਚੜ੍ਹੇ, ਝੂਮਾਂ ਆਉਣ ਪਿਆਰੀਆਂ। ਹੁਣ ਇਸ ਅਵਸਥਾ ਨੂੰ ਗੁਰਬਾਣੀ ਪਤਾ ਕੀ ਕਹਿੰਦੀ, ਅਣ ਮੜਿਆ ਮੰਦਲ ਵਾਜੇ, ਬਿਨ ਸਾਵਣ ਘਨਹਰ ਗਾਜੇ, ਬਾਦਲ ਬਿਨ ਵਰਖਾ ਹੋਏ, ਜੋ ਤੱਤ ਵਿਚਾਰੇ ਕੋਈ, ਬਿਨਾ ਮੜੇ ਹੋਏ ਚਮੜੇ ਤੋਂ ਮੰਦਲ ਵੱਜੇਗਾ, ਬਿਨਾ ਬੱਦਲਾਂ ਤੋਂ ਗਰਜ ਹੋਵੇਗੀ, ਬਿਨਾ ਮੀਂਹ ਤੋਂ ਬਾਰਿਸ਼ ਹੋਊਗੀ। ਦੱਸ ਕਿਹੜੀ ਅਵਸਥਾ ਹੈ, ਪਿਆਲੇ ਅਣ ਡਿੱਠੇ ਨਾਲ ਬੁੱਲ ਲੱਗ ਜਾਣ ਉੱਥੇ, ਰਸ ਤੇ ਸਰੂਰ ਚੜ੍ਹੇ, ਝੂਮਾਂ ਆਉਣ ਪਿਆਰੀਆਂ। ਇਹ ਅਗਲੀ ਗੱਲ, ਹੁਣ ਜਦੋਂ ਇਹੋ ਜਿਹੀ ਗੱਲ ਕਰਦੇ ਨਾ, ਅੱਤ ਕਥਨੀ ਅਸੀਂ ਕਰਦੇ ਹਾਂ ਜਦੋਂ, ਜਿਹਨੂੰ ਮਤਲਬ ਦੁਨੀਆ ਸਮਝਦੀ ਨਹੀਂ ਹੈ, ਫਿਰ ਜਿਹੜੇ ਸਾਡੇ ਭਰਾ ਵਾ ਨਾ, ਇਹ ਤਵਾ ਵੀ ਬੜਾ ਲਾਉਂਦੇ, ਇਹ ਤਾਂ ਵਹਿਮੀ ਆ ਜੀ, ਇਹ ਤਾਂ ਜੀ ਅੰਧ ਵਿਸ਼ਵਾਸੀ ਆ, ਇਹ ਤਾਂ ਜੀ ਹੋਰ ਹੀ ਗੱਲਾਂ ਕਰਦੇ ਜਿਹਨੂੰ ਸਾਇੰਸ ਮੰਨਦੀ ਨਹੀਂ। ਡਾਕਟਰ ਭਾਈ ਵੀਰ ਸਿੰਘ ਬੜੇ ਪਿਆਰ ਨਾਲ ਕਹਿੰਦੇ, ਛੱਡਣਾ ਜੋ ਮਰਜ਼ੀ ਕਹਿ ਸਾਨੂੰ, ਉੱਥੇ ਉਹਨਾਂ ਸ਼ਬਦ ਵਰਤਿਆ ਗਿਆਨੀ, ਗਿਆਨੀ ਮੈਨੇ ਜਿੱਥੋਂ ਗੱਲਾਂ 'ਤੇ ਹੈ, ਮੈਂ ਕੱਲ੍ਹ ਕਥਾ ਕੀਤੀ ਸੀ ਨਾ, ਰਾਤ ਵੀ ਟੂਟੀ 'ਤੇ ਹੈਗੀ ਆ, ਪਾਣੀ ਨਹੀਂ ਹੈਗਾ ਪਿੱਛੇ, ਇਹ ਗੱਲੀ ਰੱਬ ਨੂੰ ਪਾਉਣਾ ਚਾਹੁੰਦਾ। ਇੱਥੇ ਉਹਨਾਂ ਸ਼ਬਦ ਵਰਤਿਆ ਗਿਆਨੀ, ਹਿਰਦੇ ਕਪਟ ਜਿਹਨੂੰ ਕਹਿੰਦੇ ਨੇ, ਚੁੰਚ ਗਿਆਨੀ, ਹਿਰਦੇ ਕਪਟ ਮੁੱਖ ਗਿਆਨੇ, ਝੂਠੇ ਕਹਾਂ ਬਲੋਸ ਪਾਨ। ਉਹ ਜਿਹੜਾ ਗਿਆਨੀ ਨਾ ਸਿਰਫ ਗੱਲਾਂ ਵਾਲਾ, ਉਹ ਸਾਨੂੰ ਨਾ ਬੜੀ ਬੇਇੱਜ਼ਤੀ ਕਰਦਾ ਕਥਾ 'ਚ ਸਾਡੇ, ਉਹ ਬੜਾ ਤਵਾ ਲਾਉਂਦਾ ਕਈ ਵਾਰੀ ਸਾਡੇ 'ਤੇ। ਮਹਾਰਾਜ ਜੀ ਲਿਖਦੇ ਕਹਿੰਦੇ, ਗਿਆਨੀ ਸਾਨੂੰ ਹੋੜਦਾ ਹੈ, ਗਿਆਨੀ ਕਹਿੰਦਾ ਇਹੋ ਜਿਹੀਆਂ ਗੱਲਾਂ ਨਾ ਕਰਿਆ ਕਰੋ, ਅੱਤ ਕਥਨੀ ਨਾ ਕਰਿਆ ਕਰੋ। ਵਹਿਮੀ ਢੋਲਾ ਆਖਦਾ ਹੈ ਕਿ ਇਹ ਜਿੰਨੇ ਸੰਤਾਂ ਸਾਧਾਂ ਨੂੰ ਮੰਨਣ ਵਾਲੇ ਸਭ ਵਹਿਮੀ ਬੰਦੇ, ਅੰਧ ਵਿਸ਼ਵਾਸੀ ਬੰਦੇ, ਗਿਆਨੀ ਸਾਨੂੰ ਹੋੜਦਾ ਹੈ, ਵਹਿਮੀ ਢੋਲਾ ਆਖਦਾ ਹੈ। ਪਰ ਡਾਕਟਰ ਭਾਈ ਵੀਰ ਸਿੰਘ ਕਹਿੰਦੇ ਮਾਰੇ ਗਏ, ਅਸੀਂ ਤਾਂ ਕਹਿੰਦਾ ਮਰ ਗਏ ਉਦਣ ਦੇ, ਬੁੱਧੋਂ ਪਾਰ ਜਿਨ੍ਹਾਂ ਲਾਈਆਂ ਤਾਰੀਆਂ, ਕਿਤੇ ਬੁੱਧੀ ਤੋਂ ਅੱਗੇ ਲੰਘ ਕੇ ਤੇ ਵੇਖ, ਗਿਆਨ ਧਿਆਨ ਤੇ ਸਾਰਾ ਬੁੱਧੀ ਤੱਕ ਗਈ, ਇਹ ਤੋਂ ਅੱਗੇ ਤੇ ਜਾ ਜਿੱਥੇ ਸ਼ਬਦ ਨਹੀਂ, ਅੱਖ ਨਹੀਂ, ਕੰਨ ਨਹੀਂ, ਜ਼ਬਾਨ ਨਹੀਂ, ਉੱਥੇ ਜਾ ਕੇ ਤੇ ਬਹਿ ਕੇ ਵੇਖ। ਤਾਂ ਮਹਾਰਾਜ ਜੀ ਨੇ ਇਸ ਅਵਸਥਾ ਨੂੰ ਕਹਿਣ ਦਾ ਯਤਨ ਆਪਣੇ ਸ਼ਬਦਾਂ 'ਚ ਕੀਤਾ। ਸ੍ਰੀ ਗੁਰੂ ਅਰਜਨ ਦੇਵ ਸਾਹਿਬ ਨੇ ਕੁਝ ਨਿਸ਼ਾਨੀਆਂ ਦੱਸੀਆਂ ਪੂਰੇ ਸੰਤਾਂ ਨੂੰ, ਉਹ ਲਿਖਦੇ ਨੇ, ਮੰਤਰੰਗ ਰਾਮ ਰਾਮ ਨਾਮੰਗ, ਧਿਆਨੰਗ ਸਰਬੱਤਰ ਪੂਰਨ। ਰੱਬ ਦਾ ਸਿਵਰਨ ਚੱਲਦਾ ਹੋਵੇ ਤੇ ਹਰ ਜਗ੍ਹਾ ਰੱਬ ਦਿਖਦਾ ਹੋਵੇ। ਗਿਆਨੰਗ ਸਮ ਦੁੱਖ ਸੁਖੰਗ, ਜੁਗਤ ਨਿਰਮਲ ਨਿਰਵੈਰਣ ਹੈ, ਸੁੱਖ ਤੇ ਦੁੱਖ ਦਾ ਉਹਦੇ ਉੱਤੇ ਅਸਰ ਨਾ ਪੈਂਦਾ ਹੋਵੇ, ਤੇ ਨਿਰਵੈਰ ਦ੍ਰਿਸ਼ਟੀ ਵਿੱਚ ਵਿਚਰਦਾ ਹੋਵੇ, ਕਿਸੇ ਨਾਲ ਵੈਰ ਨਹੀਂ, ਕਿਸੇ ਨਾਲ ਵਿਰੋਧ ਨਹੀਂ,
ਸੰਤ ਮਹਾਰਾਜ ਸੰਤ ਅਤਰ ਸਿੰਘ ਜੀ ਮਸਤੂ ਵਾਲੇ ਵਾਲੇ ਇਹ ਗੁਣ ਉਹਨਾਂ ਵਿੱਚ ਕੁੱਟ ਕੁੱਟ ਕੇ ਭਰੇ ਸੀ। ਬਾਬਾ ਕਰਮ ਸਿੰਘ ਜੀ ਦੇ ਘਰ ਉਹਨਾਂ ਦਾ ਜਨਮ ਹੋਇਆ। ਪਵਿੱਤਰ ਆਤਮਾ ਮਾਤਾ ਭੋਲੀ ਨੇ ਉਹਨਾਂ ਨੂੰ ਜਨਮ ਦਿੱਤਾ। ਬਾਬਾ ਬੂਟਾ ਸਿੰਘ ਜੀ ਤੋਂ ਜਨਮ ਵੇਲੇ ਛੋਟੀ ਅਵਸਥਾ ਵਿੱਚ ਬਚਪਨ ਵਿੱਚ ਗੁਰਬਾਣੀ ਪੜ੍ਹੀ। 17 ਸਾਲ ਦੀ ਉਮਰ 'ਚ ਫੌਜ 'ਚ ਭਰਤੀ ਹੋਏ। ਤੋਪਖਾਨੇ ਦੀ ਨੌਕਰੀ ਬੜੀ ਭਾਰੀ ਸੀ, ਕੰਮ ਬੜਾ ਪੈਂਦਾ ਸੀ, ਸਿਮਰਨ ਨੂੰ ਟਾਈਮ ਘੱਟ ਮਿਲੇ ਅਤੇ ਸਰਦਾਰ ਸੂਬੇਦਾਰ ਇਹਨਾਂ ਦੇ ਪਿੰਡ ਦੇ ਰਹਿਣ ਵਾਲੇ ਦਲੇਲ ਸਿੰਘ ਨੂੰ ਬੇਨਤੀ ਕੀਤੀ ਵੀ ਮੇਰੀ ਬਦਲੀ ਕਰਾ, ਵੀ ਜਿੱਥੇ ਮੈਂ ਨੌਕਰੀ ਵੀ ਕਰਾਂ ਅਤੇ ਟਾਈਮ ਵੀ ਮਿਲੇ ਬੰਦਗੀ ਵਾਸਤੇ। ਉਹ ਬੜਾ ਅਸਰ ਰਸੂਖ ਰੱਖਦਾ ਸੀ, ਉਹਨੇ ਅੰਗਰੇਜ਼ ਨਾਲ ਗੱਲ ਕਰਕੇ ਅਤੇ ਬਦਲੀ ਕਰਾ ਤੀ 54 ਪਲਟਨ 7ਵੇਂ ਹਿੱਸੇ ਦੇ ਵਿੱਚ ਖਾਲਸਾ ਰੈਜੀਮੈਂਟ ਦੇ ਵਿੱਚ। ਖਾਲਸਾ ਰੈਜੀਮੈਂਟ ਦਾ ਅਸੂਲ ਸੀ ਆ ਭਰਤੀ ਹੋਵੇ ਉਹਨੂੰ ਅੰਮ੍ਰਿਤ ਛਕਣਾ ਪਊ। ਅੰਮ੍ਰਿਤ ਪਾਨ ਕਰਾਇਆ ਸੰਤ ਭਾਈ ਜੋਧ ਸਿੰਘ ਨੇ, ਗ੍ਰੰਥੀ ਨੇ, ਫੌਜ ਦੇ ਨੇ। ਸੰਤ ਭਾਈ ਜੋਧ ਸਿੰਘ ਜੀ ਫੌਜ ਵਿੱਚ ਗ੍ਰੰਥੀ ਸੀ ਪਰ ਬੜੀ ਉੱਚੀ ਆਤਮਾ ਸੀ। ਉਹਨਾਂ ਨੂੰ ਇੱਕ ਵਾਰੀ ਸੰਤ ਮਹਾਰਾਜ ਸੰਤ ਰਾਮ ਸਿੰਘ ਜੀ ਵਰਗਤ ਜਿਹੜੇ ਮਹਾਂਪੁਰਖ ਹੋਏ ਨੇ, ਉਹਨਾਂ ਨੇ ਇੱਕ ਵਾਰੀ ਆਖਿਆ ਸੀ ਵੀ ਜੋਧ ਸਿੰਘ ਜਿਹੜੀ ਨਾਮ ਦੀ ਜੁਗਤੀ ਮੈਂ ਤੈਨੂੰ ਦੱਸੀ ਨਾ, ਜਿਹਦੇ ਨਾਲ ਬੁੱਧੋਂ ਪਾਰ ਲਾਈਆਂ ਤਾਰੀਆਂ, ਇਹ ਜੁਗਤੀ ਇੱਕ ਪੂਰਨ ਮਹਾਂਪੁਰਖ ਤੇਰੇ ਕੋਲੋਂ ਆਣ ਕੇ ਫੌਜ ਵਿੱਚੋਂ ਮੰਗੂਗਾ ਅਤੇ ਉਹਨੂੰ ਦੇ ਕੇ ਸੁਰਖਰੂ ਹੋ ਜਾਈ। ਇਹ ਬਚਨ ਬਸ ਮੇਰਾ ਸਾਂਭ ਕੇ ਰੱਖੀ ਅਤੇ ਉਹਨੇ ਚਿਰ ਨੌਕਰੀ ਕਰ ਅਤੇ ਬੰਦਗੀ ਕਰਕੇ ਆਨੰਦ ਲੈ, ਬਸ ਤੇਰੀ ਇੰਨੀ ਕੁ ਸੇਵਾ ਵਾ, ਉਹਨੂੰ ਉਹਦੀ ਚੀਜ਼ ਦੇ ਕੇ ਤੁਰ ਜੀ। ਹੁਣ ਸੰਤ ਮਹਾਰਾਜ ਨੇ ਫਿਰ ਵਿਹਲੇ ਹੋ ਕੇ ਸਿਮਰਨ ਕਰਨਾ, ਗੁਰਦੁਆਰੇ ਸੇਵਾ ਕਰਨੀ, ਨਿਤਨੇਮ ਕਰਨਾ। ਕਿਤੇ ਤੁਹਾਡੇ ਮਨ 'ਚ ਸਵਾਲ ਨਹੀਂ ਆਉਂਦਾ ਵੀ ਜਿੰਨੇ ਤਕਰੀਬਨ ਸੰਤ ਸਾਧੂ ਪੁਰਾਣੇ ਹੋਏ ਸਾਰੇ ਆਰਮੀ 'ਚ ਹੋਏ? ਕਦੀ ਸਵਾਲ ਨਹੀਂ ਆਉਂਦਾ? ਇਹਦਾ ਜਵਾਬ ਸੰਤ ਕਰਮ ਸਿੰਘ ਜੀ ਮਹਾਰਾਜ ਹੋਤੀ ਮਰਦਾਨ ਵਾਲਿਆਂ ਦਿੱਤਾ। ਉਹ ਕਹਿੰਦੇ ਆਰਮੀ ਦੀ ਨੌਕਰੀ ਸੱਚੀ ਅਤੇ ਸੁੱਚੀ ਅਤੇ ਇਹ ਸਾਧਾਂ ਵਾਸਤੇ ਬੜੀ ਚੰਗੀ ਹੈ, ਸਾਧਾਂ ਨੂੰ ਕਰਨੀ ਚਾਹੀਦੀ। ਇੱਕ ਤਾਂ ਇਹਦਾ ਸਖਤ ਡਿਸਿਪਲਨ ਬੰਦੇ ਦਾ ਜੀਵਨ ਘੜ ਦਿੰਦਾ ਅਤੇ ਦੂਸਰਾ ਇਸ ਨੌਕਰੀ 'ਚ ਨਿੱਤ ਮੌਤ ਦਾ ਭੈ, ਪਤਾ ਨਹੀਂ ਕਿੱਧਰੋਂ ਆਉਣੀ ਇੱਕ ਗੋਲੀ ਅਤੇ ਸਦਾ ਵਾਸਤੇ ਸੌਂ ਜਾਣਾ। ਇਹ ਜਿਹੜਾ ਨਿੱਤ ਮੌਤ ਦਾ ਭੈ ਆ ਨਾ, ਇਹ ਰੱਬ ਨੂੰ ਬੜੀ ਛੇਤੀ ਮਿਲਾਉਂਦਾ। ਮੌਤ ਦਾ ਭੈ ਰੱਬ ਮਿਲਾ ਦਿੰਦਾ। ਅੱਜ ਤੱਕ ਮੈਨੂੰ ਇੱਕ ਬੰਦੇ ਦਾ, ਇੱਕ ਸੰਤ ਦਾ, ਇੱਕ ਸਾਧ ਦਾ ਨਾਂ ਲੈ ਕੇ ਵਿਖਾ ਦਿਓ ਜਿਹੜਾ ਮੌਤ ਦੇ ਭੈ ਤੋਂ ਬਿਨਾਂ ਰੱਬ ਨੂੰ ਮਿਲਿਆ। ਗੁਰਬਾਣੀ ਕਹਿੰਦੀ ਪਹਿਲਾਂ ਬੰਦਗੀ ਤੋਂ ਮੌਤ ਦਾ ਭੈ ਅੰਦਰ ਰੱਖ, ਬੰਦਗੀ ਬਾਅਦ 'ਚ ਕਰ, ਪਹਿਲਾਂ ਉਹਦਾ ਡਰ ਹੋਣਾ ਬੜਾ ਜ਼ਰੂਰੀ।
ਬਸ ਇਸ ਵਿਰਾਗ ਨੇ ਭੈ ਨੇ ਜਿੰਨੇ ਸੰਤ ਸਾਧੂ ਦੇ ਸਭ ਰੱਬ ਨੂੰ ਬੁਲਾਏ। ਵਰਤ ਲੈਣਾ ਚਾਹੀਦਾ, ਸਿਆਣੇ ਬੰਦੇ ਵਰਤ ਲੈਂਦੇ ਨਾ, ਪੌੜੀ ਬਣਾ ਕੇ ਚੜ੍ਹ ਜਾਂਦੇ ਸਿਆਣੇ ਬੰਦੇ, ਕਿਸੇ ਚੀਜ਼ ਨੂੰ ਵਰਤ ਲਈਦਾ, ਮੌਤ ਦੇ ਭੈ ਨੂੰ ਵਰਤ ਕੇ ਰੱਬ ਨੂੰ ਮਿਲ ਪਾ। ਤਾਂ ਇੱਥੇ ਫਿਰ ਇੱਕ ਦਿਨ ਸੰਤਾਂ ਨੇ ਵੇਖਿਆ ਵੀ ਭਾਈ ਸੰਤ ਭਾਈ ਰਾਮ ਜੋਧ ਸਿੰਘ ਜੀ ਜਿਹੜੇ ਗ੍ਰੰਥੀ ਨੇ, ਹੈੱਡ ਗ੍ਰੰਥੀ ਸਾਡੇ, ਇਹ ਮਹਾਂਪੁਰਸ਼ ਜਦੋਂ ਚੌਂਕੜੇ 'ਚ ਬਹਿੰਦੇ ਨੇ ਸਿਮਰਨ ਕਰਦੇ ਨੇ, ਅਤੇ ਸਿਮਰਨ ਕਰਦੇ ਕਰਦੇ ਇਹ ਕਿਤੇ ਖੁੱਭ ਜਾਂਦੇ ਨੇ, ਇਹਨਾਂ ਦਾ ਕੋਈ ਸਰੀਰ ਦਾ ਹਿੱਸਾ ਹਿਲਦਾ ਨਹੀਂ, ਅਤੇ ਇਹਨਾਂ ਦੇ ਉੱਤੇ ਟਾਈਮ ਦਾ ਅਸਰ ਵੀ ਨਹੀਂ ਪੈਂਦਾ ਹੋਣਾ ਸੀ, ਅਤੇ ਪਾਠ ਕਰਦੇ ਨਹੀਂ, ਅਤੇ ਜੇ ਕਰਨ ਬਹਿ ਜਾਈਏ ਤਾਂ ਘੜੀ ਦਾ ਮੂੰਹ ਹੀ ਵੇਖੀ ਜਾਈਦਾ ਵੀ ਇਹ ਸੂਈ ਹਿੱਲਦੀ ਕਿਉਂ ਨਹੀਂ, ਜਾਮਤ ਨਹੀਂ ਹੋ ਗਈ। ਸਾਡੀ ਤਾਂ ਅਵਸਥਾ ਇੱਥੇ ਕੁ ਹੁੰਦੀ ਨਾ, ਜੇ ਸੁਖਮਣੀ ਸਾਹਿਬ ਪੜ੍ਹਨ ਲੱਗ ਪਈਏ ਅਤੇ ਉਹ ਪੱਤਰੇ ਗਾਂਹ ਕਰਕੇ ਵੇਖੀ ਜਾਈਦਾ, ਅਜੇ ਵੀ ਨਹੀਂ ਮੁੱਕਿਆ, ਅਜੇ ਵੀ ਨਹੀਂ ਮੁੱਕਿਆ, ਇੱਥੇ ਕੁ ਤੱਕ ਆਪਾਂ ਬੈਠੇ ਹੁੰਦੇ। ਜਿਸ ਬੰਦੇ ਨੂੰ ਸਿਮਰਨ ਕਰਦਿਆਂ ਪਾਠ ਕਰਦਿਆਂ ਦੋ ਚੀਜ਼ਾਂ ਨਹੀਂ ਨਾ ਭੁੱਲਦੀਆਂ, ਇੱਕ ਟਾਈਮ ਅਤੇ ਇੱਕ ਸਰੀਰ, ਉਹਦਾ ਸਿਮਰਨ ਉਹਨੂੰ ਉੱਥੇ ਨਹੀਂ ਪਹੁੰਚਾਉਂਦਾ ਜਿਹਨੂੰ ਕਹਿੰਦੇ ਬੁੱਧੋ ਪਾਰ ਲਾਈਆਂ ਤਾਰੀਆਂ, ਜਿਹਨੂੰ ਇਹ ਵੈਸੇ ਇਹਨੂੰ ਵਿਦਵਾਨਾਂ ਦੀ ਭਾਸ਼ਾ 'ਚ ਕਹਿੰਦੇ ਦੇਸ਼ ਕਾਲ। ਇਹ ਦੋ ਚੀਜ਼ਾਂ ਸੱਜਣਾ ਤੈਨੂੰ ਭੁੱਲਣੀਆਂ ਚਾਹੀਦੀਆਂ, ਦੇਸ਼ ਮੈਨੇ ਤੂੰ ਬੈਠਾ ਕਿੱਥੇ ਹੈ, ਅਤੇ ਕਾਲ ਮੈਨੇ ਟਾਈਮ। ਸਿਮਰਨ ਅਤੇ ਨਿਤਨੇਮ ਅਤੇ ਬਾਣੀ ਪੜ੍ਹਨ ਵਾਲੇ ਗ੍ਰੰਥੀ ਨੂੰ, ਡਿਊਟੀ ਲਾਉਣ ਵਾਲੇ ਗੁਰੂ ਗ੍ਰੰਥ ਸਾਹਿਬ ਦੇ ਸੇਵਾਦਾਰ ਨੂੰ, ਇਹ ਦੋ ਚੀਜ਼ਾਂ ਭੁੱਲਣੀਆਂ ਚਾਹੀਦੀਆਂ ਪਾਠ ਕਰਦਾ। ਜੇ ਭੁੱਲ ਗਈਆਂ ਫਿਰ ਸਮਝੋ ਉਹ ਉੱਥੇ ਜਾ ਕੇ ਖੜ੍ਹਾ ਹੁੰਦਾ ਜਿਹਨੂੰ ਮਹਾਰਾਜ ਜੀ ਕਹਿੰਦੇ ਨੇ ਬੁੱਧੋ ਪਾਰ ਲਾਈਆਂ ਜਿਨ੍ਹਾਂ ਤਾਰ। ਉਹਨਾਂ ਵੇਖਿਆ ਵੀ ਇਹ ਸੰਤ ਖੁੱਭ ਜਾਂਦਾ ਵਾ, ਇਹ ਗ੍ਰੰਥੀ ਖੁੱਭ ਜਾਂਦਾ ਵਾ। ਇੱਕ ਦਿਨ ਪਿਆਰ ਨਾਲ ਕਹਿੰਦੇ ਬਾਬਾ ਜੀ ਤੂੰ ਸਿਮਰਨ ਕਰਦਾ, ਸਿੱਧੇ ਸਾਧੇ ਸਿੱਖ ਸੀ, ਤੂੰ ਸਿਮਰਨ ਕਰਦਾ ਕਿੱਥੇ ਚਲਿਆ ਜਾਂਦਾ, ਮੈਨੂੰ ਇੱਦਾਂ ਜਾਪਦਾ ਤੂੰ ਕਿਤੇ ਚਲਿਆ ਜਾਂਦਾ ਸਿਮਰਨ ਕਰਦਾ। ਉਹਨਾਂ ਵੇਖਿਆ ਵੀ ਭਾਈ ਅਤਰ ਸਿੰਘ ਸੇਵਾ ਬੜੀ ਕਰਦਾ ਗੁਰਦੁਆਰੇ, ਅਤੇ ਬੜੀ ਭਾਵਨਾ ਨਾਲ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਕਰਦਾ, ਬਾਕੀ ਸਿੱਖ ਵੀ ਆਉਂਦੇ ਪਰ ਇੰਨੇ ਪ੍ਰੇਮ ਨਾਲ ਕਰਦੇ ਨਹੀਂ। ਉਹਨਾਂ ਚੰਗਾ ਸਿੱਖ ਜਾਣ ਕੇ ਆਖਿਆ ਭਾਈ ਅਤਰ ਸਿੰਘ ਜੀ ਮੈਂ ਆਪਣੇ ਦੇਸ਼ ਚਲਿਆ ਜਾਂਦਾ ਜਦੋਂ ਸਿਮਰ 'ਚ ਬਹਿੰਦਾ। ਕਹਿੰਦੇ ਮਹਾਰਾਜ ਆਪਣਾ ਦੇਸ਼ ਕਿਹਨੂੰ ਕਹਿੰਦੇ? ਉਹਨਾਂ ਉੱਥੇ ਪੰਕਤੀ ਪੜ੍ਹੀ ਸੋ ਦਰ ਕਿਹਾ ਸੋ ਘਰ ਕਿਹਾ ਜਿੱਤ ਬਹਿ ਸਰਬ ਸੰਭਾਲੇ। ਉਹ ਕਹਿਣ ਲੱਗੇ ਸੰਤ ਭਾਈ ਅਤਰ ਸਿੰਘ ਜੀ ਤੂੰ ਇਹ ਸਾਗੀ ਸੁਣੀ ਆ ਵੀ ਬਾਬਾ ਵੇਈ ਨਦੀ 'ਚ 3 ਦਿਨ ਲੋਪ ਹੋਇਆ ਸੀ, ਉਹਨੂੰ ਨਿੱਜ ਦੇਸ਼ ਦੀ ਯਾਤਰਾ ਕਹਿੰਦੇ ਨੇ ਕਰਨੀ ਹੈ? ਕਹਿੰਦੇ ਮਹਾਰਾਜ ਮੈਂ ਵੀ ਕਰਨੀ ਚਾਹੁੰਦਾ, ਮੇਰੇ 'ਤੇ ਕਿਰਪਾ ਹੋ ਸਕਦੀ ਹੈ। ਫਿਰ ਉਹਨਾਂ ਨੂੰ ਨਾ ਸੰਤ ਰਾਮ ਸਿੰਘ ਜੀ ਦਾ ਇੱਕ ਬਚਨ ਚੇਤੇ ਆਇਆ ਵੀ ਸੰਤ ਰਾਮ ਸਿੰਘ ਜੀ ਨੇ ਬਚਨ ਕੀਤਾ ਸੀ ਵੀ ਜੋਧ ਸਿਆਂ ਤੇਰੇ ਕੋਲੇ ਫੌਜ ਵਿੱਚ 9 ਜਵਾਨ ਛੋਟੀ ਜਿਹੀ ਉਮਰ 'ਚ 6 ਫੁੱਟ ਗੱਭਰੂ, 6 ਫੁੱਟ ਜਵਾਨ, ਅਤੇ ਉਮਰ ਵੀ ਉਹਦੀ ਕੋਈ ਜ਼ਿਆਦਾ ਨਹੀਂ ਹੋਊਗੀ, ਹੋਊਗਾ ਉਹ ਪੂਰਨ ਪੁਰਖ, ਅਤੇ ਉਹ ਤੇਰੇ ਕੋਲੋਂ ਆਣ ਕੇ ਨਾਮ ਦੀ ਜੁਗਤੀ ਪੁੱਛੂਗਾ ਅਤੇ ਨਾ ਕਰੀ ਦੱਸ ਦੇ ਉਹ।
ਤੇ ਸੰਤ ਭਾਈ ਜੋਧ ਸਿੰਘ ਬੜੇ ਹੈਰਾਨ ਹੋਏ ਵੀ ਅੱਜ ਤੱਕ ਮੈਨੂੰ ਨੌਕਰੀ ਕਰਦਿਆਂ ਕਿਸੇ ਸਿੱਖ ਨੇ ਨਹੀਂ ਪੁੱਛੀ ਇਹ ਗੱਲ ਵੀ ਤੂੰ ਕਿੱਥੇ ਚਲਿਆ ਜਾਂਦਾ, ਨਾ ਹੀ ਕਿਸੇ ਨੂੰ ਪਤਾ ਲੱਗਾ। ਹੋਵੇ ਨਾ ਹੋਵੇ ਤੇ ਇਹ ਸਿੱਖ ਉਹੀ ਆ ਜਿਹਦੇ ਬਾਰੇ ਸੰਤ ਰਾਮ ਸਿੰਘ ਇਸ਼ਾਰਾ ਕਰਕੇ ਉਹਨਾਂ ਆਖਿਆ ਜੀ ਤੁਸੀਂ ਇਹ ਤੁਹਾਡੀ ਚੀਜ਼ ਆ, ਅਸੀਂ ਕੀ ਕਰਨੀ ਆ, ਸੇਵਾ ਲੱਗੀ ਤੁਹਾਨੂੰ ਦੇ ਦਿੰਦੇ। ਉਹਨਾਂ ਫਿਰ ਨਾਮ ਦੀ ਯੁਗਤੀ ਦਾ ਅਭਿਆਸ ਉਹਨਾਂ ਦੱਸਿਆ ਵੀ ਕਿੱਦਾਂ ਕਰਦਾ, ਉਹਨਾਂ ਬੜੇ ਪ੍ਰੇਮ ਨਾਲ ਕੋਲ ਪਾ ਕੇ ਸਮਝਾ ਕੇ ਦੱਸਿਆ ਕਿ ਪੌੜੀ ਦਰ ਪੌੜੀ ਚੜ੍ਹਦਾ ਜਾਈ। ਫਿਰ ਉਹ ਪੌੜੀ ਦਰ ਪੌੜੀ ਚੜ੍ਹੇ। ਸਾਡਾ ਸੁਭਾਅ ਹੁੰਦਾ ਸੀ ਇੱਕੇ ਵਾਰੀ ਵੱਧ ਕਰ ਲੈਂਦੇ, ਬਾਅਦ 15 ਦਿਨ ਕਰਦੇ ਹੀ ਨਹੀਂ, ਪਰ ਉਹ ਪੌੜੀ ਦਰ ਪੌੜੀ ਚੜ੍ਹਦੇ ਨੇ। 5 ਮਿੰਟ, 10 ਮਿੰਟ, 15 ਮਿੰਟ, 20 ਮਿੰਟ, 25 ਮਿੰਟ, 30 ਮਿੰਟ, ਪੌੜੀ ਦਰ ਪੌੜੀ ਚੜ੍ਹਦੇ ਚੜ੍ਹਦੇ ਉਹ ਚੜ੍ਹ ਜਾਂਦੇ। ਤਾਂ ਸੰਤ ਫਿਰ ਐਸਾ ਉਹਨਾਂ ਨੂੰ ਰੰਗ ਲੱਗਾ, ਕੁਦਰਤੀ ਫੌਜ ਦੇ ਵਿੱਚ ਰਿਜ਼ਰਵ ਆ ਗਏ, ਉਹਨਾਂ ਵੀ ਭਰਤੇ। ਅਤੇ ਇੱਥੋਂ ਹੀ ਫਿਰ ਉਹ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਨੂੰ ਤੁਰ ਗਏ। ਤੁਹਾਨੂੰ ਪਤਾ ਪੁਰਾਣਾ ਸਮਾਂ ਸੀ, ਤੁਰ ਕੇ ਜਾਣਾ ਪੈਂਦਾ ਸੀ, ਜੰਗਲ ਆਦਿਕ ਸੀ, ਲੁਟੇਰੇ ਡਾਕੂ ਚੋਰ ਬੜਾ ਕੁਝ ਰਾਹ 'ਚ ਹੁੰਦਾ ਸੀ। ਉਹਨਾਂ ਇੱਕ ਨਿਯਮ ਕੀਤਾ, ਜਦੋਂ ਸੱਜਾ ਪੈਰ ਪੁੱਟਣਾ ਉਹਨਾਂ ਕਹਿਣਾ ਵਾਹੇ, ਜਦੋਂ ਖੱਬਾ ਪੁੱਟਣਾ ਉਹਨਾਂ ਕਹਿਣਾ ਗੁਰੂ। ਬਸ ਇਸ ਨਿਯਮ 'ਚ ਉਹਨਾਂ ਦਾ ਤੁਰਨਾ ਵੀ ਸਿਮਰਨ ਬਣ ਗਿਆ, ਉਹ ਤੁਰਦੇ ਵੀ ਸਿਮਰਨ ਕਰਦੇ। ਇਸ ਨਿਯਮ ਵਿੱਚ ਉਹ ਸ੍ਰੀ ਹਜ਼ੂਰ ਸਾਹਿਬ ਜਿੱਥੇ ਕਿ ਜ਼ਾਹਰ ਜ਼ਹੂਰ ਹੈ ਕਿ ਹਾਜ਼ਰ ਹਜ਼ੂਰ ਹੈ ਅਬ ਚਲ ਨਗਰ ਗੋਬਿੰਦ ਗੁਰੂ ਕਾ, ਐਸੀ ਜਗ੍ਹਾ 'ਤੇ ਪਹੁੰਚੇ ਹਨ। ਇੱਥੇ ਸਭ ਤੋਂ ਪਹਿਲਾਂ ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ 'ਚ ਅਰਦਾਸ ਕਰਕੇ ਇਸ ਪਵਿੱਤਰ ਜਗ੍ਹਾ ਉੱਪਰ ਆਪ ਜੀ ਨੇ ਜਪਜੀ ਸਾਹਿਬ ਦੇ 125,000 ਪਾਠ ਦਾ ਅਭਿਆਸ ਕੀਤਾ। ਲੱਖ ਪਾਠ ਮੇਰੇ ਖਿਆਲ ਨਾਲ ਸ਼ਿਕਾਰ ਘਾਟ ਸ਼ਾਇਦ ਕੀਤਾ ਅਤੇ 25,000 ਪਾਠ ਨਗੀਨਾ ਘਾਟ ਉੱਤੇ ਉਹਨਾਂ ਨੇ ਚੌਂਕੜੇ 'ਚ ਬਹਿ ਕੇ ਕੀਤੇ। ਮੂਲ ਮੰਤਰ ਦਾ ਉਹਨਾਂ ਨੇ ਬੇਸ਼ੁਮਾਰ ਅਣਗਿਣਤ ਜਾਪ ਕੀਤਾ। ਇੱਕ ਸ਼ਬਦ ਦਾ ਜਾਪ ਉਹਨਾਂ ਨੇ ਬਹੁਤ ਜ਼ਿਆਦਾ ਕੀਤਾ, ਉਹ ਕੀ ਸੀ? ਥਿਰ ਕਰ ਬੈਸੋ ਹਰਜਨ ਪਿਆਰੇ, ਸਤਿਗੁਰ ਤੁਮਰੇ ਕਾਜ ਸਵਾਰੇ। ਧੰਨ ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ਜਾਪ ਸਾਹਿਬ ਦੇ ਵਿੱਚੋਂ ਇੱਕ ਸ਼ਬਦ ਦਾ ਜਾਪ ਬਹੁਤਾ ਹੀ ਪ੍ਰੇਮ ਨਾਲ ਕਰਦੇ ਸੀ। ਗੋਬਿੰਦੇ ਮੁਕੰਦੇ ਉਦਾਰੇ ਉਪਾਰੇ ਹਰੀਅੰ ਕਰੀਅੰ ਨਿਰਨਾਮੇ ਅਕਾਮੇ, ਅਤੇ ਇਹਦੀ ਬੜੀ ਮਹਾਨਤਾ ਉਹ ਮੰਨਦੇ ਸੀ ਆਪਣੀ ਜ਼ਿੰਦਗੀ ਦੇ ਵਿੱਚ। ਅਖੀਰ ਫਿਰ ਗੁਰਮੰਤਰ ਦੀ ਕਮਾਈ ਗੋਦਾਵਰੀ ਨਦੀ ਵਿੱਚ ਖਲੋ ਕੇ ਗਲ ਤੱਕ ਪਾਣੀ ਵਿੱਚ ਕਰਦੇ ਰਹੇ। ਅੱਜ ਉਹਨਾਂ ਦੀ ਯਾਦ ਵਿੱਚ ਉੱਥੇ ਗੁਰਦੁਆਰਾ ਵੀ, ਮਸਤੂ ਆਉਣੇ ਵਾਲਿਆਂ ਦਾ ਬੁੰਗਾ ਵੀ ਬਣਿਆ, ਜਿੱਥੇ ਉਹ ਰਹਿੰਦੇ ਸੀ, ਬੰਦਗੀ ਕਰਦੇ ਸੀ ਹਜ਼ੂਰ ਸਾਹਿਬ ਨਦੀ ਕੰਢੇ। ਗੱਲ ਇਹ ਹੈ, ਧੰਨ ਗੁਰੂ ਅਰਜਨ ਦੇਵ ਸਾਹਿਬ ਕਹਿੰਦੇ ਸੰਤ ਦੀ ਪਹਿਲੀ ਨਿਸ਼ਾਨੀ ਆ ਮੰਤਰੰਗ ਰਾਮ ਰਾਮ ਨਾਮ। ਵਾਹਿਗੁਰੂ ਦੇ ਨਾਮ ਦੀ ਕਮਾਈ ਕਰੇ,
ਦੂਸਰੀ ਨਿਸ਼ਾਨੀ ਕੀ ਗਿਆਨੰਗ ਸਮ ਦੁੱਖ ਸੁੱਖ। ਕਮਾਈ ਤਾਂ ਉਹਨਾਂ ਦੀ ਏਡੀ ਵੱਡੀ ਆ, ਸਮਾਂ ਇਜਾਜ਼ਤ ਨਹੀਂ ਦਿੰਦਾ ਵੀ ਮੈਂ ਸਾਰੀ ਗੱਲ ਕਰਾਂ। ਗਿਆਨੰਗ ਸਮ ਦੁੱਖ ਸੁੱਖੰਗ ਜੁਗਤ ਨਿਰਮਲ ਨਿਰਵੈਰ ਰਹੇ, ਸੁੱਖ ਦੁੱਖ 'ਚ ਬਰਾਬਰ ਰਵੇ, ਨਿਰਵੈਰ ਰਵੇ। ਤੀਸਰੀ ਨਿਸ਼ਾਨੀ ਸੰਤ ਦੀ ਕੀ ਹੈ? ਉਪਦੇਸ਼ੰ ਸਮ ਮਿੱਤਰ ਸਤਰਹਿ ਹੈ, ਭਗਵੰਤ ਭਗਤ ਭਾਵ ਦੀ। ਦੁਸ਼ਮਣ ਆਵੇ ਸੱਜਣ ਆਵੇ, ਸਭ ਨੂੰ ਬਰਾਬਰ ਦਾ ਉਪਦੇਸ਼। ਚੌਥੀ ਨਿਸ਼ਾਨੀ ਕੀ ਹੈ? ਭੋਜਨੰ ਗੋਪਾਲ ਕੀਰਤਨ ਅਲਪ ਮਾਇਆ ਜਲ ਕਮਲ ਰਹਿਤੇ, ਮਾਇਆ ਤੋਂ ਨਿਰਲੇਪ ਰਵੇ। ਪੈਸੇ ਦਾ ਜੜ ਅਤੇ ਚੇਤਨ ਦਾ ਜਿਹਦੇ ਉੱਤੇ ਅਸਰ ਨਾ ਪਵੇ। ਮੈਂ ਥੋੜ੍ਹਾ ਸਮਾਂ, ਜੇ ਤੁਸੀਂ ਹੁਕਮ ਕਰੋ, 5 ਮਿੰਟ ਤੁਹਾਡੇ ਵੱਧ ਲੈਣਾ ਚਾਹੁੰਦਾ, ਗੱਲ ਪੂਰੀ ਕਰਾਂ। ਦੌਧਰ ਪਿੰਡ ਮਾਲਵੇ ਦੇ ਵਿੱਚ, ਮੋਗੇ ਦਾ ਇਲਾਕਾ, ਇੱਥੋਂ ਦੇ ਇੱਕ ਗੁਰਮੁਖ ਮਹਾਂਪੁਰਖ ਹੋਏ ਸੰਤ ਈਸ਼ਰ ਸਿੰਘ ਜੀ ਵਿਰਕਤ, ਬੜੇ ਉੱਚ ਕੋਟੀ ਦੇ ਮਹਾਤਮਾ ਹੋਏ ਨੇ। ਸਮਾਪਤੀ ਕਰਾਂ ਮੈਂ ਇਸ ਗੱਲ ਨੂੰ ਕਹਿ ਕੇ, ਕਿਉਂ ਸਮਾਂ ਵੰਡਵਾਂ ਹੈ। ਉਹਨਾਂ ਨੇ ਸਾਰੀ ਉਮਰ ਕਿਸੇ ਮਹਾਂਪੁਰਖ ਦਾ ਇੰਨਾ ਮਾਣ ਨਹੀਂ ਕੀਤਾ, ਸਤਿਕਾਰ ਨਹੀਂ ਕੀਤਾ, ਕਿਉਂ ਆਪ ਬੜੀ ਉੱਚ ਅਵਸਥਾ 'ਤੇ ਪਹੁੰਚੇ ਸੀ, ਕਰਦੇ ਸੀ ਪਰ ਇੰਨਾ ਨਹੀਂ ਸੀ ਕਰਦੇ। ਏਡੇ ਉੱਚ ਕੋਟੀ ਦੇ ਮਹਾਤਮਾ ਸੀ ਰਾਜਾ ਹੀਰਾ ਸਿੰਘ ਜੀ ਨਾਭਾਪਤੀ। ਉਹਨਾਂ ਇੱਕ ਵਾਰੀ 1 ਲੱਖ ਰੁਪਈਆ ਭੇਟਾ ਕੀਤਾ, ਅੱਜ ਕੱਲ੍ਹ ਦੇ 1 ਕਰੋੜ 'ਤੇ ਤੁਸੀਂ ਸਮਝ ਸਕਦੇ ਹੋ, 1 ਕਰੋੜ। ਉਹਨਾਂ ਨੇ ਵੇਖਿਆ ਨਾ, ਰਾਜਾ ਹੀਰਾ ਸਿੰਘ ਹੱਸ ਕੇ ਕਹਿਣ ਲੱਗਾ, ਸੰਤ ਜੀ 1 ਲੱਖ ਰੁਪਈਆ ਇਹੋ ਜਿਹਾ ਦਾਨੀ ਨਹੀਂ ਲੱਭਣਾ, ਹੀਰਾ ਸਿੰਘ ਵਰਗਾ ਵਾਕਿਆ ਠੀਕ ਆ। ਮਹਾਰਾਜ ਜੀ ਕਹਿਣ ਲੱਗੇ, ਜੇ ਇਹੋ ਜਿਹਾ ਦਾਨੀ ਨਹੀਂ ਲੱਭਣਾ ਤਾਂ ਚੁੱਕ ਲਾ, ਈਸ਼ਰ ਸਿੰਘ ਵਰਗਾ ਕੋਈ ਵਿਰਕਤ ਨਹੀਂ ਜੰਮਣਾ ਜਿਹੜਾ 1 ਲੱਖ ਰੁਪਈਏ ਨੂੰ ਲੱਤ ਮਾਰੂਗਾ ਤੇਰੇ ਨੂੰ। ਅੱਜ ਕੱਲ੍ਹ ਦੇ ਕਰੋੜ ਦੇ ਬਰਾਬਰ, ਉਹਨਾਂ ਸਮਿਆਂ ਦੀ ਗੱਲ, ਪੁਰਾਣੀ ਗੱਲ, ਰਾਜਾ ਹੀਰਾ ਸਿੰਘ ਜੀ। ਉਹ ਇੱਕ ਵਾਰੀ ਸੰਤ ਅਤਰ ਸਿੰਘ ਜੀ ਮਹਾਰਾਜ ਆਏ, ਉਹ ਹੱਥ ਜੋੜ ਕੇ ਖੜ੍ਹੇ ਹੋ, ਹੱਥ ਜੋੜ ਕੇ। ਹੁਣ ਜਿੰਨੇ ਨਿਰਮਲੇ ਸੰਤ ਸੀ ਨਾ, ਉਹਨਾਂ ਗੁੱਸਾ ਕੀਤਾ, ਆਸ਼ਰਮ 'ਚ ਲੈ ਗਏ ਹਰਿਦੁਆਰ। ਉਹਨਾਂ ਗੁੱਸਾ ਕੀਤਾ ਵੀ ਇਹ ਕੀ ਐਵੇਂ ਨੌਜਵਾਨ ਜਿਹਾ, ਗੱਭਰੂ ਜਿਹਾ, ਅਤੇ ਤੁਸੀਂ ਇਹਨੂੰ ਏਡਾ ਮਾਣ ਕਰਕੇ ਹੱਥ ਜੋੜ ਕੇ ਖੜ੍ਹੇ ਹੋ ਗਏ। ਪਤਾ ਕੀ ਆਖਿਆ, ਗੁੱਸਾ ਨਾ ਕਰਿਓ, ਚਿੱਟ ਕੱਪੜੀਆ ਸਾਧ। ਉਹ ਨਿਰਮਲੇ ਭੰਗਵੇਂ ਪਾਉਂਦੇ ਹਨ, ਇਹ ਚਿੱਟ ਕੱਪੜੀਆ ਸਾਧ, ਇਹਦੀ ਉਮਰ ਕੀ ਆ, ਨੌਜਵਾਨ ਆ, ਨੌਜਵਾਨ 'ਚ ਕਾਮ ਅਤੇ ਕ੍ਰੋਧ 'ਤੇ ਭਰੇ ਪਏ ਆ, ਅਤੇ ਤੁਸੀਂ ਇਹਨੂੰ ਮੱਥਾ ਟੇਕਦਾ ਖੜ੍ਹੇ ਹੋ ਗਏ ਅਤੇ ਆਸਣ 'ਤੇ ਬਿਠਾਇਆ। ਸੰਤ ਈਸ਼ਰ ਸਿੰਘ ਕੌਣ ਸੀ ਜਿਹਨੂੰ 4 ਵੇਦ ਜ਼ਬਾਨੀ ਯਾਦ ਸੀ? ਐਸੇ ਵਿਰਕਤ ਮਹਾਂਪੁਰਖ, ਉਹ ਕਹਿੰਦੇ ਜਿਹਨੂੰ ਤੁਸੀਂ ਚਿੱਟ ਕੱਪੜੀਆ ਨੌਜਵਾਨ ਗੱਭਰੂ ਸਾਧ ਕਹਿੰਦੇ ਆ ਨਾ, ਇਹ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਭੇਜੀ ਹੋਈ ਪੂਰਨਾਤਮਾ, ਅਤੇ ਤੁਸੀਂ ਮੈਨੂੰ ਕਹਿੰਦੇ ਵੀ ਤੂੰ ਇਹਦਾ ਸਤਿਕਾਰ ਕਰਦਾ। ਮੈਂ ਤੁਹਾਨੂੰ ਸੱਚ ਦੱਸਦਾ ਵੀ ਤੁਸੀਂ ਹਰਿਦੁਆਰ ਤੋਂ ਲੈ ਕੇ ਦੌਧਰ ਪਿੰਡ ਤੱਕ ਹੀਰਿਆਂ ਦੀ ਸੜਕ ਬਣਾ ਦਿਓ, ਸੋਨੇ ਦੀ ਸੜਕ ਬਣਾ ਦਿਓ, ਜਾਓ ਈਸ਼ਰ ਸਿੰਘ ਵੇਖੂਗਾ ਨਹੀਂ, ਜੜ ਮਾਇਆ ਨੂੰ ਈਸ਼ਰ ਸਿੰਘ ਵੇਖੂਗਾ ਨਹੀਂ। ਪਰ ਮੈਂ ਇੱਕ ਗੱਲੋਂ ਡਰਦਾ ਵਾਂ,
ਕਹਿੰਦੇ ਤੁਸੀਂ ਵੀ ਡਰਦੇ ਆ? ਹਾਂ, ਕਹਿੰਦੇ ਜੇ ਚੇਤਨ ਮਾਇਆ ਆ ਗਈ ਨਾ ਕੋਈ ਸ਼ਿੰਗਾਰ ਕਰਕੇ ਮੇਰੇ ਸਾਹਮਣੇ ਖੜੀ ਹੋ ਗਈ ਤਾਂ ਮੈਂ ਡਰਦਾ ਕਿਤੇ ਮੇਰਾ ਮਨ ਬੇਈਮਾਨ ਨਾ ਹੋ ਜਾਵੇ। ਪਰ ਆ ਜਿਹਨੂੰ ਤੁਸੀਂ ਨੌਜਵਾਨ ਕਹਿੰਦੇ ਨਾ, ਆ ਜਿਹਨੂੰ ਤੁਸੀਂ ਕਹਿੰਦੇ ਨੌਜਵਾਨ, ਇਹਦੇ 'ਤੇ ਏਡੀ ਦਸਵੇਂ ਪਾਤਸ਼ਾਹ ਦੀ ਕਿਰਪਾ, ਭਾਵੇਂ ਚੇਤਨ ਆ ਜੇ ਜੜ ਆ ਜੇ, ਇਹਦੇ 'ਤੇ ਰੱਤੀ ਭਰ ਅਸਰ ਨਹੀਂ ਪੈਂਦਾ। ਇਸ ਕਰਕੇ ਮੈਂ ਵੀ ਇਹਦੇ ਅੱਗੇ ਹੱਥ ਜੋੜ ਕੇ ਖਲੋਨਾ ਹੈ ਕਿ ਮੇਰੇ ਆਸਣ 'ਤੇ ਬਹਿ ਅਤੇ ਮੈਂ ਹੱਥ ਜੋੜ ਕੇ ਖੜਾ। ਐਸੇ ਮਹਾਂਪੁਰਖ ਭੋਜਨੰ ਗੋਪਾਲ ਕੀਰਤਨ ਅਲਪ ਮਾਇਆ, ਮਾਇਆ 'ਚੋਂ ਕਿੱਦਾਂ ਨਿਰਲੇਪ ਲੈਣਾ ਸੰਤ ਅਤਰ ਸਿੰਘ ਜੀ ਮਹਾਰਾਜ, ਜਲ ਕਮਲ ਰਹਿਤੇ ਪਰ ਦਿੰਦਾ ਨੈਣ ਸਰੋਤ ਸਰਵਣੰ ਆਪ ਤਿਆਗ ਸਗਲ ਰੇਣ ਕਹਿ। ਕਿਸੇ ਦੀ ਨਿੰਦਿਆ ਸੁਣਦੀ ਨਹੀਂ, ਜੇ ਕੋਈ ਕਰੇ ਤਾਂ ਉਹਨੂੰ ਵੀ ਸਮਝਾਉਣਾ ਅਤੇ ਆਪ ਚਰਨਾਂ ਦੀ ਧੂੜ ਬਣ ਕੇ ਰਹਿਣਾ। ਖੱਟ ਲੱਖਣ ਪੂਰਨੰਗ ਪੁਰਖੇ ਨਾਨਕ ਨਾਮ ਸਾਧ ਸਵਜਨੈ। ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਕਹਿੰਦੇ ਐਵੇਂ ਹਾਰੀ ਸਾਰੀ ਦੇ ਅੱਗੇ ਨੱਕ ਨਹੀਂ ਰਗੜੀਦਾ, ਐਵੇਂ ਹਾਰੀ ਸਾਰੀ ਨੂੰ ਰੱਬ ਨਾ ਬਣਾ ਲਿਆ ਕਰੋ, ਐਵੇਂ ਹਾਰੀ ਸਾਰੀ ਨੂੰ ਸੰਤ ਨਾ ਸਮਝ ਲਿਆ ਕਰੋ। ਜਿਹਦੇ ਵਿੱਚ ਇਹ 6 ਨਿਸ਼ਾਨੀਆਂ ਲੱਗਦੀਆਂ ਨੇ ਉਹਨੂੰ ਸੰਤ ਸਮਝ ਕੇ ਉਹਦਾ ਮਾਣ ਕਰਿਆ ਕਰੋ, ਸਤਿਕਾਰ ਕਰਿਆ ਕਰੋ, ਭੁੱਲ ਚੁੱਕ ਦੀ ਖਿਮਾ। ਆਓ ਜੀ ਫਤਿਹ ਦੀ ਸਾਂਝ ਪਾਈਏ। ਗੁਰੂ ਕਿਰਪਾ ਕਰੇ ਸਾ ਮਤ ਦੇਹੋ ਦਿਆਲ ਪ੍ਰਭ, ਜਿਤ ਤੁਮਹਿ ਰਾਧਾ ਨਾਨਕ ਮੰਗੇ ਦਾਨ ਪ੍ਰਭ। ਰੇਨ ਪੱਗ ਸਾਧਾ ਸਾਧ ਪਠਾਏ ਆਪ ਹਰ, ਹਮ ਤੁਮਤੇ ਨਾਹੀਂ ਦੂਰ। ਸਾਧ ਰੂਪ ਆਪਣਾ ਤਨ ਧਾਰਿਆ, ਜਨ ਕੀ ਮਹਿਮਾ ਕਥੀ ਕਹੀ ਕਥਰੀ ਨਾ ਜਾਏ, ਪਾਰ ਬ੍ਰਹਮ ਜਨ ਰਹਿਆ ਸਮਾਏ। ਭਗਤ ਰਵਿਦਾਸ ਨੂੰ ਪੁੱਛਿਆ ਸਾਧ ਕੌਣ ਆ, ਦੁਨੀਆਂ 'ਤੇ ਕਹਿੰਦੀ ਪਖੰਡੀ ਆ, ਯੇ ਆ, ਵੋ ਆ, ਬੜਾ ਕੁਝ ਆ। ਮਹਾਰਾਜ ਜੀ ਹੱਥ ਜੋੜ ਕੇ ਕਹਿਣ ਲੱਗੇ ਸੰਤ ਤੁਜੀ ਤਨ, ਸੰਤ ਤੇ ਰੱਬ ਦਾ ਸਰੀਰ ਆ, ਗੁਰਸਿੱਖ ਨਾਮ ਅਭਿਆਸੀ ਰੱਬ ਦਾ ਸਰੀਰ ਆ। ਜੇ ਰੱਬ ਵੇਖਣਾ ਉਹਦਾ ਰੰਗ ਰੂਪ ਨਹੀਂ, ਇਹਨਾਂ ਗੁਰਸਿੱਖਾਂ ਨੂੰ ਦੇਖ ਜਿਹੜੇ ਨਾਮ ਜਪਦੇ ਸੇਵਾ ਕਰਦੇ, ਇਹ ਰੱਬ ਦਾ ਰੂਪ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।